ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ A1 ਨਾਗੀ ਹਸਪਤਾਲ ਅਤੇ EH ਰਿਸਰਚ ਸੈਂਟਰ, ਜੋ ਕਿ ਗੁਰਦੁਆਰਾ ਸ਼ਹੀਦ ਗੰਜ ਰੋਡ ਮੁਤਕੀ ਵਿਖੇ ਸਥਿਤ ਹੈ। ਇਹ ਹੋਸਪਿਟਲ ਮਰੀਜ਼ਾਂ ਲਈ ਇੱਕ ਵਰਦਾਨ ਹੈ। ਇਹ ਇੱਕ ਮਲਟੀ ਸਪੈਸ਼ਲਿਟੀ ਹੋਸਪਿਟਲ ਹੈ ਜਿੱਥੇ ਕਿ ਹਰ ਤਰੀਕੇ ਦੀ ਮਾਡਰਨ ਫੈਸਿਲਿਟੀ ਮੌਜੂਦ ਹੈ। ਹੋਸਪਿਟਲ ਵਿੱਚ ਮਰੀਜ਼ਾਂ ਦੇ ਲਈ ਸਭ ਤੋਂ ਵੱਡੀ ਵਰਦਾਨ ਵਾਲੀ ਗੱਲ, ਇੱਥੇ ਆਯੁਸ਼ਮਾਨ ਭਾਰਤ ਸਕੀਮ ਦੇ ਤਹਿਤ ਮਰੀਜ਼ਾਂ ਦਾ ਬਿਲਕੁਲ ਫ੍ਰੀ ਇਲਾਜ ਕੀਤਾ ਜਾਂਦਾ ਹੈ। ਇੱਥੇ ਹਰ ਤਰ੍ਹਾਂ ਦੀ ਜਨਰਲ ਬਿਮਾਰੀਆਂ ਜਿਵੇਂ ਬਲੱਡ ਪ੍ਰੈਸ਼ਰ, ਸ਼ੂਗਰ, ਛਾਤੀ ਰੋਗ, ਸਾਹ ਦੀ ਤਕਲੀਫ, ਪੇਟ ਦੀਆਂ ਬਿਮਾਰੀਆਂ, ਲੀਵਰ ਰੋਗ, ਦਿਲ ਦੀਆਂ ਬਿਮਾਰੀਆਂ, ਗੁਰਦੇ ਅਤੇ ਪਿਸ਼ਾਬ ਰੋਗ, ਗਠੀਆ, ਮਲੇਰੀਆ, ਟਾਈਫਾਇਡ, ਡੇਂਗੂ ਬੁਖਾਰ, ਇਸ ਦੇ ਨਾਲ ਨਾਲ ਹਰ ਤਰ੍ਹਾਂ ਦੇ ਓਪਰੇਸ਼ਨ ਜਿਵੇਂ ਕਿ ਪਿੱਤੇ ਦੀ ਪੱਥਰੀ, ਹਰਨੀਆਂ, ਅਪੈਂਡਿਕਸ, ਬਵਾਸੀਰ, ਬੱਚੇਦਾਨੀ ਦੀਆਂ ਰਸੌਲੀਆਂ ਅਤੇ ਸ਼ੂਗਰ ਨਾਲ ਗਲੇ ਅੰਗਾਂ ਆਦਿ ਦਾ ਓਪਰੇਸ਼ਨ ਬਹੁਤ ਹੀ ਘੱਟ ਰੇਟਾਂ 'ਤੇ ਕੀਤਾ ਜਾਂਦਾ ਹੈ। ਇੱਥੇ ਐਮਰਜੈਂਸੀ 24 ਘੰਟੇ ਮੌਜੂਦ ਹੈ। ਇੱਥੋਂ ਦਾ ਸਟਾਫ ਬਹੁਤ ਹੀ ਮਿਹਨਤੀ ਅਤੇ ਤਜਰਬੇਕਾਰ ਹੈ। ਡਾਕਟਰ ਨਾਗੀ ਜੀ, ਜੋ ਕਿ ਬਹੁਤ ਹੀ ਮਿਹਨਤੀ ਇਨਸਾਨ ਹੈ ਅਤੇ ਹਮੇਸ਼ਾ ਹੀ ਮਰੀਜ਼ਾਂ ਦੀ ਦੇਖਭਾਲ ਲਈ ਤਿਆਰ ਰਹਿੰਦੇ, ਆਓ ਲੈ ਕੇ ਚੱਲਦੇ ਹਾਂ ਤੁਹਾਨੂੰ A1 ਨਾਗੀ ਹੋਸਪਿਟਲ, EH ਰਿਸਰਚ ਸੈਂਟਰ, ਮੁਤਕੀ, ਫਿਰੋਜ਼ਪੁਰ। ਆਯੁਸ਼ਮਾਨ ਭਾਰਤ ਦੀ ਜਿਹੜੀ ਸੇਵਾ, ਉਹਦੇ ਨਾਲ ਸਕੀਮ ਦੇ ਨਾਲ ਲੋਕਾਂ ਦਾ ਇਲਾਜ ਕਰਾਂਗੇ। ਇਹ ਹੋਸਪਿਟਲ ਜਿਹੜਾ ਪਿਛਲੇ ਲੰਬੇ ਸਮੇਂ ਤੋਂ, ਆਪਾਂ ਸੱਪ ਦੀ ਜ਼ਹਿਰ ਦੀ ਗੱਲ ਕਰ ਲਈਏ, ਆਪਾਂ ਪੋਇਨਿੰਗ ਦੇ ਕੇਸਾਂ ਦੀ ਗੱਲ ਕਰ ਲਈਏ, ਆਪਾਂ ਕਰੋਨਿਕ ਗੱਲਾਂ ਦੀ ਗੱਲ ਕਰ ਲਈਏ, ਆਪਾਂ ਓਪਰੇਸ਼ਨਸ ਦੀ ਗੱਲ ਕਰ ਲਈਏ, ਤਾਂ ਇਹ ਹੋਸਪਿਟਲ ਮੂਹਰੀ ਹੋ ਕੇ ਪੇਂਡੂ ਏਰੀਆ 'ਚ ਸੇਵਾ ਕਰਦਾ ਆ ਰਿਹਾ। ਆਪਾਂ ਕਰੋਨਾ ਦੇ ਪੀਰੀਅਡ 'ਚ ਦੇਖਿਆ ਕਿਵੇਂ ਇਸ ਹੋਸਪਿਟਲ ਨੇ ਸੇਵਾ ਕੀਤੀ। ਅਸੀਂ ਡਾਕਟਰ ਕੁਲਦੀਪ ਨਾਗੀ ਜੀ ਦੇ ਨਾਲ ਹਾਂ, ਜਿਹੜੇ ਕ੍ਰੀਏਟਰ ਨੇ ਔਰ ਜਿਨ੍ਹਾਂ ਦੀ ਜ਼ਿੰਦਗੀ ਦਾ ਮਿਸ਼ਨ ਹੈ ਕਿ ਮੈਂ ਸੇਵਾ ਕਰਨੀ ਹੈ ਇਸ ਏਰੀਆ 'ਚ ਰਹਿ ਕੇ। ਕੁਲਦੀਪ ਜੀ, ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਕੁਲਦੀਪ ਜੀ, ਕੀ ਕਹਿਣਾ ਚਾਹੋਗੇ ਕਿ ਜਿਵੇਂ ਤੁਹਾਡੇ ਮਨ ਦੇ 'ਚ ਹਮੇਸ਼ਾ ਕੋਈ ਨਾ ਕੋਈ ਪੋਜ਼ੀਟਿਵਿਟੀ ਰਹਿੰਦੀ ਆ ਕੁਝ ਨਾ ਕੁਝ ਕਰਨ ਦੀ, ਹੁਣ ਕੈਂਸਰ ਸਕੂਪ, ਜਿਹੜੀ ਕੈਂਸਰ ਦੇ ਮਰੀਜ਼ ਹੋਣਗੇ ਉਹਨਾਂ ਦੇ ਲਈ ਵੀ ਔਨਲਾਈਨ ਕੰਸਲਟੇਸ਼ਨ ਔਰ ਆਯੁਸ਼ਮਾਨ ਦੀ ਸੇਵਾ ਦੇ ਨਾਲ ਫ੍ਰੀ ਇਲਾਜ ਜਿਹੜੇ ਹੈਗੇ ਆ ਇਸ ਹੋਸਪਿਟਲ 'ਚ ਸ਼ੁਰੂ ਹੋ ਚੁੱਕੇ ਹੈਗੇ ਆ। ਔਰ ਸਾਡੇ ਹੋਸਪਿਟਲ ਨੂੰ ਭਾਈ ਸਟਾਫ ਦੀ ਵੀ ਲੋੜ ਆ, ਕੋਈ ਵਧੀਆ ਐਨਰਜੈਟਿਕ ਬੰਦੇ ਜਿਹੜੇ ਸੇਵਾ ਕਰਨੀ ਚਾਹੁਣ, ਜਿਨ੍ਹਾਂ ਦਾ ਮਿਸ਼ਨ ਸੇਵਾ ਦਾ ਹੋਵੇ, ਉਹਨਾਂ ਦੇ ਮਨ ਦੇ ਵਿੱਚ ਸੇਵਾ ਹੋਵੇ, ਚਾਹੇ ਉਹ ਲੜਕੇ ਆ ਚਾਹੇ ਉਹ ਲੜਕੀਆਂ, ਨਰਸਿੰਗ ਵਾਲੇ ਆ, OT ਸਟਾਫ ਵਾਲੇ ਆ, ਹੋਰ ਜਿਹੜੇ ਹੈਗੇ ਨੇ ਬੱਚੇ ਸਾਡੇ ਨਾਲ ਸੰਪਰਕ ਕਰ ਸਕਦੇ ਆ। ਫੋਨ ਨੰਬਰ ਤੁਹਾਨੂੰ ਪਿੱਛੇ ਲਾਈਵ ਦੇ ਵਿੱਚ ਚੱਲ ਹੀ ਰਿਹਾ ਹੈਗਾ। ਨਾਗੀ ਜੀ, ਸਵਾਗਤ ਆ, ਕੀ ਕਹਿਣਾ ਚਾਹੋਗੇ? ਹਾਂਜੀ, ਮੇਰੇ ਵੱਲੋਂ ਹਮੇਸ਼ਾ ਹੀ ਇਹ ਕੋਸ਼ਿਸ਼ ਰਹੀ ਹੈ ਕਿ ਮੇਰੇ ਇਸ ਰੂਰਲ ਏਰੀਏ ਦੇ ਵਿੱਚ ਹਰ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਜੋ ਹੈ ਉਹ ਵਧੀਆ ਅਤੇ ਸਸਤੀਆਂ ਮੇਰੇ ਇਲਾਕੇ ਦੇ ਲੋਕਾਂ ਨੂੰ ਮਿਲਦੀਆਂ ਰਹਿਣ। ਮੈਂ ਜਿਸ ਤਰ੍ਹਾਂ ਦੇਖਿਆ ਸੀ, ਕੈਂਸਰ ਦੇ ਮਰੀਜ਼ ਕਾਫੀ ਇਸ ਏਰੀਏ ਵਿੱਚ ਸਾਨੂੰ ਮਿਲ ਰਹੇ ਸੀਗੇ। ਹੁਣ ਅਸੀਂ A1 ਨਾਗੀ ਔਨਕੋ ਸਪੋਕ ਸ਼ੁਰੂ ਕਰ ਰਹੇ ਹਾਂ, ਜੋ ਪਾਵਰਡ ਬਾਏ ਡਾਕਟਰ ਨਰੇਸ਼ ਅਗਰਵਾਲ ਔਨਕੋ ਹੱਬ ਵੱਲੋਂ ਸ਼ੁਰੂ ਕੀਤੀ ਗਈ, ਜਿਸ ਦੇ ਵਿੱਚ ਜਿਹੜੇ ਆਪਣੇ ਪੰਜਾਬ ਦੇ ਸੁਪਰ ਸਪੈਸ਼ਲਿਸਟ ਕੈਂਸਰ ਦੇ ਮਾਹਰ ਡਾਕਟਰ ਆ, ਉਹ ਆਪਾਂ ਨੂੰ ਵੀਡੀਓ ਮਤਲਬ ਕੰਸਲਟੇਸ਼ਨ ਰਾਹੀਂ, ਟੈਲੀਮੈਡੀਸਨ ਰਾਹੀਂ ਆਪਾਂ ਨੂੰ ਨਾਗੀ ਹਸਪਤਾਲ ਦੇ ਵਿੱਚ ਹੀ ਆਪਣੀਆਂ ਸੇਵਾਵਾਂ ਦੇਣਗੇ। ਅਤੇ ਜਿਸ ਤਰ੍ਹਾਂ ਜਿਹੇ ਕਿਸੇ ਮਰੀਜ਼ ਨੂੰ ਕੋਈ ਕੈਂਸਰ ਦੀ ਪ੍ਰੋਬਲਮ ਹੈ ਜਾਂ ਗੰਢ ਆ ਜਾਂ ਦਿੱਕਤ ਲੱਗਦੀ ਆ, ਉਹ ਮੇਰੇ ਨਾਲ ਸੰਪਰਕ ਕਰਨ, ਅਸੀਂ ਉਹਨਾਂ ਨੂੰ ਜੋ ਆਪਣੇ ਸੁਪਰ ਸਪੈਸ਼ਲਿਸਟ ਡਾਕਟਰ ਹੈਗੇ ਆ ਉਹਨਾਂ ਦੇ ਨਾਲ ਉਹਨਾਂ ਦੀ ਵਧੀਆ ਸਲਾਹ ਮਸ਼ਵਰਾ ਇੱਥੇ ਕਰਵਾਵਾਂਗੇ। ਨਾਗੀ ਜੀ, ਜਿਸ ਤਰੀਕੇ ਦੇ ਨਾਲ ਓਪਰੇਸ਼ਨਸ ਦੀ ਗੱਲ ਕਰ ਲਈਏ ਤਾਂ ਲੈਪਰੋਸਕੋਪੀਕਲ ਓਪਰੇਸ਼ਨ, ਓਪਨ ਸਰਜਰੀਆਂ, ਇਹ ਹੋਸਪਿਟਲ ਨੇ ਇੱਕ ਪੇਂਡੂ ਏਰੀਆ 'ਚ ਰਹਿ ਕੇ ਵੀ ਬੜੇ ਰਿਕਾਰਡੇਬਲ ਕੰਮ ਕੀਤੇ ਆ, ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਸਾਡੇ ਕੋਲ ਡਾਕਟਰ ਸੰਦੀਪ ਸਿੰਘ ਸੰਧੂ, ਜਿਹੜੇ ਕਿ ਮੁਕਤਸਰ ਸੰਧੂ ਹੋਸਪਿਟਲ ਹੈ, ਜਨਰਲ ਸਰਜਨ ਹੈ, ਉਹ ਹਰ ਤਰ੍ਹਾਂ ਦੀਆਂ ਸਰਜਰੀਆਂ ਇੱਥੇ ਕਰ ਰਹੇ ਆ, ਜਿੱਦਾਂ ਪਿੱਤੇ ਦੀ ਪੱਥਰੀ ਦਾ ਓਪਰੇਸ਼ਨ, ਬੱਚਿਆਂ ਦੀਆਂ ਰਸੌਲੀਆਂ, ਹਰਨੀਆਂ, ਬਵਾਸੀਰ, ਹਰ ਤਰ੍ਹਾਂ ਦੇ ਓਪਰੇਸ਼ਨ ਜਿਹੜੇ ਹੈਗੇ ਆ ਉਹ ਡਾਕਟਰ ਸੰਦੀਪ ਸੰਧੂ ਵੱਲੋਂ ਇੱਥੇ ਕੀਤੇ ਜਾ ਰਹੇ ਆ। ਔਰ ਅਸੀਂ ਇਸ ਰੂਰਲ ਏਰੀਏ ਦੇ ਵਿੱਚ ਬਿਲਕੁਲ ਇਹ ਸਸਤੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਾਂ ਬਾਕੀ ਏਰੀਏ ਨੂੰ। ਨਾਗੀ ਜੀ, ਕੀ ਕਹਿਣਾ ਚਾਹੋਗੇ ਕਿ ਇਹ ਜਿਹੜੀਆਂ ਲੈਪਰੋਸਕੋਪਿਕ ਸਰਜਰੀਆਂ ਤੁਸੀਂ ਕਰ ਰਹੇ ਹੋ ਇਹ ਬੜੀਆਂ ਜਲਦੀ ਹੁੰਦੀਆਂ, ਜਿਨ੍ਹਾਂ ਦੇ ਵਿੱਚ ਆਉਣ ਵੀ ਮਰੀਜ਼ ਨੂੰ 3-4 ਬੰਦੇ ਨਾਲ ਲੈ ਕੇ ਆਉਣੇ ਪੈਂਦੇ ਆ, ਰੋਟੀਆਂ ਦਾ ਅਰੇਂਜਮੈਂਟ ਕਰਨਾ ਪੈਂਦਾ,
ਇਹ ਤਾਂ ਡੇ ਕੇਅਰ ਸਰਜਰੀਆਂ ਵਾਂਗੂਆਂ ਵੀ ਰਾਤ ਨੂੰ ਕਰਾਈ ਜਾਂ ਸੁਬਹਾ ਕਰਾਈ, ਇੱਕ ਦਿਨ ਦਾ ਵੱਧ ਤੋਂ ਵੱਧ ਹੋਸਪਿਟਲ ਸਟੇ ਹੈਗਾ ਅਤੇ ਆਰਾਮ ਨਾਲ ਲੋਕ ਆਪਣੇ ਘਰਾਂ ਨੂੰ ਜਾ ਸਕਦੇ। ਬਿਲਕੁਲ ਜੀ, ਡਾਕਟਰ ਸੰਧੂ ਬਹੁਤ ਹੀ ਕਾਬਿਲ ਸਰਜਨ ਹੈ, ਜਿੰਨੀ ਵੀ ਉਹ ਲੈਪਰਕੋ ਸਰਜਰੀਆਂ ਸਾਡੇ ਕਰ ਰਹੇ ਇੱਥੇ, ਅਸੀਂ ਅਗਲੇ ਦਿਨ ਪੇਸ਼ੈਂਟ ਡਿਸਚਾਰਜ ਕਰ ਦਿੰਦੇ ਹਾਂ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਉਹਨਾਂ ਨੂੰ। ਨਾਗੀ ਜੀ ਕੀ ਕਹਿਣਾ ਚਾਹੋਗੇ ਕਿ 24 ਆਵਰ ਚੱਲਣ ਵਾਲੇ ਹੋਸਪਿਟਲ ਜਿਹਦੇ 'ਚ ਫਰੀਦਕੋਟ ਤੱਕ ਦੇ ਵੀ ਮਰੀਜ਼ ਜਿਹੜੇ ਹੈਗੇ ਰਾਤ ਨੂੰ ਆ ਜਾਂਦੇ ਆ, ਕਿਉਂਕਿ ਉਹਨਾਂ ਨੂੰ ਪਤਾ ਕਿ ਨਾਗੀ ਨੂੰ ਕਦੋਂ ਮਰਜ਼ੀ ਉੱਤੋਂ ਬੁਲਾ ਲਓ, ਕਿਉਂਕਿ ਘਰ ਵੀ ਉੱਤੇ ਆ, ਉਹ ਆ ਜੂਗਾ ਡਾਕਟਰ ਅਤੇ ਸਾਡੀ ਸੇਵਾ ਕਰੋ। ਬਿਲਕੁਲ ਜੀ, ਮੇਰਾ ਰੇਡੀਅਸ ਉੱਪਰ ਹੈ, ਪਰ ਫਿਰ ਵੀ ਅਸੀਂ ਆਪਣੀਆਂ ਸੇਵਾਵਾਂ ਨੂੰ ਹੋਰ ਅਪਗ੍ਰੇਡ ਕਰਨ ਵਾਸਤੇ ਜੋ ਮੈਡੀਕਲ ਅਫਸਰ ਨਵੇਂ ਅਪੁਆਇੰਟ ਕਰ ਦਿੱਤੇ ਹੈ ਜੋ ਇੱਕ ਦੋ ਦਿਨ ਵਿੱਚ ਸਾਡੇ ਕੋਲ ਇੱਥੇ ਪਹੁੰਚ ਜਾਣਗੇ ਜੀ। ਨਾਗੀ ਜੀ ਕੀ ਕਹਿਣਾ ਚਾਹੋਗੇ ਕਿ ਬਹੁਤ ਜ਼ਿਆਦਾ ਪੇਸ਼ੈਂਟ ਜ਼ਹਿਰ ਚੜ੍ਹੀ ਵਾਲੇ ਜਿਨ੍ਹਾਂ ਨੇ ਪੋਇਜ਼ਨ ਖਾਧੀ ਹੁੰਦੀ ਆ, ਉਹਨਾਂ ਦੇ ਲਈ ਤਾਂ ਇਹ ਹੋਸਪਿਟਲ ਵਰਦਾਨ ਹੀ ਬਣ ਚੁੱਕਿਆ ਹੈਗਾ, ਔਰ ਉਹਨਾਂ ਨੂੰ ਬੜੀ ਖੁਸ਼ੀ ਹੋਊਗੀ ਜਿਹੜੇ ਲੋਕ ਬਚ ਕੇ ਗਏ ਗਏ। ਹਾਂਜੀ, ਇਹ ਪਰਮਾਤਮਾ ਬੜੀ ਕਿਰਪਾ ਜੀ, ਜਿੰਨੇ ਸਾਡੇ ਕੋਲ ਪੋਇਜ਼ਨਿੰਗ ਕੇਸ ਆਏ ਆ ਉਹਦੇ ਵਿੱਚ 99% ਅਸੀਂ ਪੇਸ਼ੈਂਟ ਠੀਕ ਹੋਏ ਗਏ ਆ। ਹੁਣ ਤੱਕ ਮੇਰੇ ਕੋਲ ਡਾਟਾ ਹੈਗਾ 1478 ਮਰੀਜ਼ ਸਾਡੇ ਕੋਲ ਪੋਇਜ਼ਨਿੰਗ ਆਏ ਆ ਹੁਣ ਤੱਕ, ਜਿਹਦੇ ਵਿੱਚੋਂ ਮਤਲਬ 10 ਕੁ ਪੇਸ਼ੈਂਟ ਐਕਸਪਾਇਰ ਹੋਏ ਆ, ਬਾਕੀ ਸਾਰੇ ਪੇਸ਼ੈਂਟ ਕਿਉਰ ਹੋ ਗਏ ਸਾਡੇ ਕੋਲੋਂ, 99% ਕਿਉਰ ਰੇਟ ਆ ਸਾਡਾ ਜੀ। ਆਯੁਸ਼ਮਾਨ ਦੀ ਸਕੀਮ ਜਿਹਦੇ ਲਈ ਬੰਦੇ ਨੂੰ ਇੱਥੇ ਆ ਕੇ ਖੱਜਲ ਖੁਆਰ ਨਹੀਂ ਹੋਣਾ ਪੈਂਦਾ, ਜਿਵੇਂ ਹੋਸਪਿਟਲ ਜਾਂਦਾ ਉਹਨੂੰ ਮਿਲ ਲਾ, ਉਹ ਕਰ ਲਾ, ਆਹ ਫੋਰਮੈਲਿਟੀ ਪੂਰੀ ਕਰ ਲਾ, ਇੱਥੇ ਪਹਿਲਾਂ ਇਲਾਜ ਕੀਤਾ ਜਾਂਦਾ ਜੇ ਆਯੁਸ਼ਮਾਨ ਦਾ ਕਾਰਡ ਤੁਹਾਡੇ ਕੋਲ ਹੈਗਾ, ਉਦੋਂ ਬਾਅਦ 'ਚ ਉਹ ਗੱਲਾਂ ਕੀਤੀਆਂ ਜਾਂਦੀਆਂ। ਬਿਲਕੁਲ ਜੀ, ਆਯੁਸ਼ਮਾਨ ਦੇ ਵਿੱਚ ਅਸੀਂ ਜਨਰਲ ਮੈਡੀਸਨ ਜਨਰਲ ਸਰਜਰੀ ਦੇ ਤਈ ਪੈਨਲ ਹੈਗੇ ਹਾਂ, ਜਨਰਲ ਮੈਡੀਸਨ ਬਿਲਕੁਲ ਅਸੀਂ ਫ੍ਰੀ ਇਲਾਜ ਕਰ ਰਹੇ ਹਾਂ, ਹੁਣ ਸਾਡੇ ਕੋਲ ਪੇਸ਼ੈਂਟ ਐਡਮਿਟ ਹੈਗੇ ਆ ਆਯੁਸ਼ਮਾਨ ਦੇ ਵਿੱਚ, ਜਿੰਨਾ ਬਿਲਕੁਲ ਫ੍ਰੀ ਇਲਾਜ ਹੋ ਰਿਹਾ, ਅਤੇ ਜਿਹੜੇ ਆਯੁਸ਼ਮਾਨ ਤੋਂ ਬਗੈਰ ਹੋਰ ਪੇਸ਼ੈਂਟ ਆਉਂਦਾ ਉਹਨਾਂ ਨੂੰ ਵੀ ਅਸੀਂ ਕਦੇ ਵੀ ਪਹਿਲਾਂ ਆਉਂਦੇ ਸਾਰ ਇਹ ਨਹੀਂ ਹੈ ਕਿ ਪਹਿਲਾਂ ਸਾਡੀ ਫਾਈਲ ਬਣਾਓ ਜੀ, ਇੱਦਾਂ ਕੁਛ ਨਹੀਂ ਹੈ, ਪਹਿਲਾਂ ਆਉਂਦੇ ਅਸੀਂ ਇਲਾਜ ਸ਼ੁਰੂ ਕਰਦੇ ਹਾਂ, ਸਾਰੀ ਫਾਰਮੈਲਿਟੀ ਬਾਅਦ 'ਚ ਹੀ ਕਰਦੇ ਹਾਂ। ਸਾਡੇ ਹੋਸਪਿਟਲ ਦੇ ਵਿੱਚ ਕਈ ਵਾਰ ਜਿੱਦਾਂ ਅਸੀਂ ਐਮਰਜੈਂਸੀ ਪੇਸ਼ੈਂਟ ਆਉਂਦੇ ਆ, ਇਲਾਜ ਕਰਦੇ ਹਾਂ, ਮਿਸ ਹੈਪਨਿੰਗ ਹੋ ਜਾਂਦੀ ਸਾਡੇ ਕੋਲੋਂ, ਮੈਂ ਵੈਸੇ ਮਿਸ ਹੈਪਨਿੰਗ ਹੋ ਜਾਂਦੀ, ਪੇਸ਼ੈਂਟ ਸੀਰੀਅਸ ਹੁੰਦਾ, ਅਸੀਂ ਉਸ ਤੋਂ ਮਰੀਜ਼ ਤੋਂ ਕੋਈ ਵੀ ਚਾਰਜ ਨਹੀਂ ਕਰਦੇ, ਜੋ ਡੈੱਡ ਬੋਡੀ ਆ ਪੇਸ਼ੈਂਟ ਦੇ ਹੈਂਡਓਵਰ ਕਰ ਦਿੰਦੇ ਹਾਂ, ਕਿ ਇਹਦਾ ਪੋਇਜ਼ਨਿੰਗ ਕੇਸ ਹੈ, ਕੋਈ 2-4 ਦਿਨ ਰਹਿ ਕੇ ਇਸ ਵਾਰ ਐਕਸਪਾਇਰ ਹੋ ਜਾਂਦਾ। ਅਸੀਂ ਜਿੱਦਾਂ ਬਾਕੀ ਹੋਸਪਿਟਲਾਂ ਅੱਗੇ ਪਹਿਲਾਂ ਆਪਣਾ ਜੀ ਨਹੀਂ ਬਿੱਲ ਕਲੀਅਰ ਕਰੋ, ਸਾਡੇ ਬਿੱਲ ਦਾ ਕੋਈ ਪੇਸ਼ੈਂਟ ਦਾ ਬਿੱਲ ਨਹੀਂ ਬਣਾਇਆ ਜਾਂਦਾ, ਕੋਈ ਪੇਸ਼ੈਂਟ ਤੋਂ ਬਕਾਇਆ ਬਿੱਲ ਲਿਆ ਨਹੀਂ ਜਾਂਦਾ ਹੈਗਾ, ਪੇਸ਼ੈਂਟ ਨੂੰ ਉੱਦਾਂ ਹੀ ਡਿਸਚਾਰਜ ਕਰ ਦਿੱਤਾ ਜਾਂਦਾ। ਦਰਸ਼ਕੋ ਦੇਖੋ, ਡਾਕਟਰ ਜਿਹੜੇ ਉਹ ਸੇਵਾ ਕਰਦੇ ਆ ਪੇਸ਼ੈਂਟ ਦੀ, ਜਿੱਦਾਂ ਇਹਨਾਂ ਨੇ ਕਿਹਾ ਕਿ ਮੌਤ ਵੀ ਹੋ ਸਕਦੀ ਹੈ, ਲੇਕਿਨ ਮੌਤ ਹੋਣ ਤੋਂ ਬਾਅਦ 'ਚ ਇੰਨੀ ਕੁ ਇੱਕ ਇਨਸਾਨੀਅਤ ਇਹਨਾਂ ਨੇ ਮਨ 'ਚ ਰੱਖੀ ਹੈ, ਚਾਹੇ ਆਯੁਸ਼ਮਾਨ ਦਾ ਤੁਹਾਡੇ ਕੋਲ ਕਾਰਡ ਹੋਵੇ ਜਾਂ ਨਾ ਹੋਵੇ, ਪਰ ਉਸ ਦੀ ਡੈਥ ਤੋਂ ਬਾਅਦ ਵਿੱਚ ਨਹੀਂ ਪੈਸੇ ਹੋਸਪਿਟਲ ਲਊਗਾ, ਕਿਉਂਕਿ ਨਾਗੀ ਦਾ ਮਨ ਆ ਕਿ ਨਹੀਂ ਯਾਰ ਮੈਂ ਸੇਵਾ ਵੀ ਕਰਨੀ ਆ, ਔਰ ਇਹੀ ਕਾਰਨ ਆ ਕਿ ਅਸੀਂ 15 ਸਾਲ ਪਹਿਲਾਂ ਮਿਲਦੇ ਸੀ, ਉਦੋਂ ਵੀ ਇਹੋ ਜਿਹਾ ਯੰਗ ਜਿਹਾ ਸਮਾਰਟ ਜਿਹਾ ਪਿਆ ਸੀਗਾ, ਅੱਜ 15 ਸਾਲਾਂ ਬਾਅਦ ਵੀ ਹੋਏ ਤੇ ਪਰਮਾਤਮਾ ਕਿਰਪਾ ਹੀ ਹੈ ਜੀ, ਬਸ ਸੇਵਾ ਪਰਮਾਤਮਾ ਇੱਦਾਂ ਹੀ ਆਪਾਂ ਤੋਂ ਕਰਾਈ ਜਾਵੇ ਜੀ। ਬਾਕੀ ਮੇਰਾ ਬੇਟਾ ਹਰਮੋਹਿਤ ਸਿੰਘ ਨਾਗੀ ਜੋ MBBS ਦੀ ਪੜ੍ਹਾਈ ਕਰ ਰਿਹਾ ਅਤੇ ਫਾਈਨਲ ਦਾ ਇਗਜ਼ਾਮ ਦੇ ਚੁੱਕਿਆ, ਅੱਜ 1-2 ਦਿਨ 'ਚ ਰਿਜ਼ਲਟ ਆਉਣ ਵਾਲਾ ਉਹਨਾਂ ਦਾ, ਅਤੇ ਪਰਮਾਤਮਾ ਕਰੇ ਉਹ ਇੱਦੋਂ ਵੀ ਚੇਰੀ ਵਿੱਦਿਆ ਪ੍ਰਾਪਤ ਕਰਕੇ ਅਤੇ ਉਹ ਵੀ ਆਪਣੀਆਂ ਸੇਵਾਵਾਂ ਇੱਥੇ ਹੀ। ਨਾਗੀ ਸਾਹਿਬ ਕਿਹੜੇ ਹੋਸਪਿਟਲ 'ਚ ਕਰ ਰਿਹਾ ਹੁਣ? ਇਹ ਪਿੰਸ ਮੈਡੀਕਲ ਕਾਲਜ ਜਲੰਧਰ ਹੈ ਜੀ। ਨਾਗੀ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ, ਔਰ ਦਰਸ਼ਕੋ ਤੁਸੀਂ ਅਗਰ ਆਯੁਸ਼ਮਾਨ ਸਕੀਮ ਦੇ ਪੈਨਲਮੈਂਟ 'ਚ ਹੋ, ਅਗਰ ਤੁਹਾਡਾ ਆਯੁਸ਼ਮਾਨ ਕਾਰਡ ਨਹੀਂ ਬਣਿਆ ਤਾਂ ਵੀ ਤੁਸੀਂ ਅੱਗੇ ਸਲਾਹ ਲੈ ਸਕਦੇ ਹੋ, ਨਾਗੀ ਸਾਹਿਬ ਨੂੰ ਮਿਲ ਸਕਦੇ ਹੋ, ਤੁਸੀਂ ਇਹ ਤੁਹਾਨੂੰ ਦੱਸ ਦੇਣਗੇ ਕਿ ਕਿਵੇਂ ਤੁਸੀਂ ਆਪਣਾ ਜਿਹੜਾ ਹੈਗਾ ਆਯੁਸ਼ਮਾਨ ਦਾ ਕਾਰਡ ਬਣਾ ਸਕਦੇ ਹੋ, ਤੁਹਾਡੀ ਹੈਲਪ ਕਰਨਗੇ। ਪਰਮਾਤਮਾ ਨਾ ਕਰੇ ਇਹੋ ਜਿਹੀਆਂ ਨਾਮਰਾਤ ਬਿਮਾਰੀਆਂ ਕੈਂਸਰ ਵਰਗੀਆਂ, ਅਗਰ ਤੁਹਾਨੂੰ ਕੋਈ ਵਹਿਮ ਪੈ ਗਿਆ ਜਾਂ ਕਿਸੇ ਨੇ ਕਹਿਤਾ ਹੈਗਾ ਤਾਂ ਵੀ ਤੁਸੀਂ ਔਨਲਾਈਨ ਜਿਹੜੀ ਹੈਗੀ ਹੈ, ਬਹੁਤ ਵੱਡੀ ਗੱਲ ਆ, ਔਨਲਾਈਨ ਤੁਸੀਂ ਉਹ ਡਾਕਟਰ ਜਿਹਨਾਂ ਕੋਲ ਪਹਿਲਾਂ ਜਾਓਗੇ, ਇੰਨੀ ਦੂਰ ਜਾਣਾ ਆਉਣਾ, ਉਹ ਖਰਚੇ ਪੈਣੇ, ਉਹ ਤੁਹਾਨੂੰ ਟੈਲੀ ਦੇ ਵਿੱਚ ਵੀਡੀਓਗ੍ਰਾਫੀ ਦੇ ਰਾਹੀਂ ਤੁਹਾਡੇ ਪੇਸ਼ੈਂਟ ਦੇ ਨਾਲ ਗੱਲ ਕਰਨ ਦਾ ਟਾਈਮ ਹੋਊਗਾ, ਉਹਨਾਂ ਨੂੰ ਵੱਡੇ ਵੱਡੇ ਡਾਕਟਰ ਇਹਨਾਂ ਦੇ ਨਾਲ ਅਟੈਚ ਹੋਏ ਨੇ, ਔਰ ਨਰੇਸ਼ ਅਗਰਵਾਲ ਜੀ ਦਾ ਇਹ ਜਿਹੜਾ ਉਪਰਾਲਾ ਹੈਗਾ ਬਹੁਤ ਹੀ ਸ਼ਲਾਘਾਯੋਗ ਹੈ। ਦੱਸੋ ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਧੰਨਵਾਦ। ਧੰਨਵਾਦ। ਇਹ ਮਰੀਜ਼ ਪ੍ਰੀਤਮ ਸਿੰਘ ਆ, ਸਾਡੇ ਕੋਲ 4-5 ਦਿਨ ਪਹਿਲਾਂ ਸਾਡੇ ਕੋਲ ਆਏ ਸੀਗੇ,
ਬੜੀ ਕਾਫੀ ਸੀਰੀਅਸ ਹਾਲਤ ਵਿੱਚ ਆਏ ਸੀਗੇ। ਇਹਨਾਂ ਦਾ ਇਲਾਜ ਆਯੁਸ਼ਮਾਨ ਸਕੀਮ ਰਾਹੀਂ ਬਿਲਕੁਲ ਹੋ ਰਿਹਾ। ਵੀਰ ਜੀ ਕੋਈ ਪੈਸਾ ਲਿੱਤਾ ਇਹਨਾਂ ਨੇ ਤੁਹਾਡੇ ਤੋਂ? ਨਹੀਂ ਜੀ, ਫ੍ਰੀ ਹੈ ਜੀ, ਬਿਲਕੁਲ ਫ੍ਰੀ ਹੈ ਜੀ। ਕੀ ਕਹਿਣਾ ਚਾਹੋਗੇ? ਬਸ ਕੁਛ ਨਹੀਂ ਜੀ, ਸਾਡਾ ਬੰਦਾ ਡਾਊਨ ਸੀ ਜ਼ਿਆਦਾ, ਹੁਣ ਜਮਾਂ ਸਹੀ ਹੈ ਜੀ, ਠੀਕ ਠਾਕ ਹੈ। ਅਤੇ ਕੀ ਕਹਿਣਾ ਚਾਹੋਗੇ ਕਿ ਬਹੁਤ ਵੱਡੀ ਗੱਲ ਹੈ ਜਿਹੜੀ ਆਯੁਸ਼ਮਾਨ ਦੀ ਸਕੀਮ ਸਾਨੂੰ ਪਿੰਡ ਇੱਥੇ ਹੀ ਮਿਲ ਰਹੀ ਆ? ਹਾਂਜੀ ਹਾਂਜੀ, ਦੂਰ ਨਹੀਂ ਜਾਣਾ ਪੈਂਦਾ, ਕਿਰਾਏ ਭਾੜੇ ਉਹ ਨਹੀਂ ਖਰਚ ਹੁੰਦੇ। ਹਾਂਜੀ ਹਾਂਜੀ, ਸਹੀ ਗੱਲ ਹੈ ਜੀ। ਸਟਾਫ ਕਿੱਦਾਂ ਦਾ ਇੱਥੇ? ਬਹੁਤ ਵਧੀਆ ਜੀ, ਸਾਰੇ ਜਣੇ ਕੇਅਰਿੰਗ ਆ? ਹਾਂਜੀ ਹਾਂਜੀ, ਬਹੁਤ ਵਧੀਆ ਜੀ।